ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿੱਦਾਂ ਹੋ ਸਾਰੇ? ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ। ਅਤੇ ਅੱਜ ਆਪਾਂ ਆਏ ਹੋਏ ਹਾਂ ਖੇਤ ਦੇ ਵਿੱਚ, ਕਿਉਂਕਿ ਗਰਮੀ ਜ਼ਿਆਦਾ ਹੁੰਦਾ ਕਰਕੇ ਖੇਤ ਦੇ ਵਿੱਚ ਆਉਣਾ ਬਹੁਤ ਮੁਸ਼ਕਿਲ ਹੋ ਜਾਂਦਾ, ਅਤੇ ਗਰਮੀ ਦੇ ਵਿੱਚ ਵੈਸੇ ਵੀ ਘਰੋਂ ਨਿਕਲਣਾ ਇੰਨਾ ਜ਼ਿਆਦਾ ਔਖਾ ਹੋ ਜਾਂਦਾ। ਅਤੇ ਹੁਣ ਜਿਹੜਾ ਮੌਸਮ ਸੀਗਾ ਉਹਨੂੰ ਰੱਖਦੇ ਹੋਏ ਕਿ ਬਹੁਤ ਸੋਹਣਾ ਮੌਸਮ ਆ, ਅਤੇ ਅਸੀਂ ਸਾਰੇ ਚੱਲ ਪਏ। ਮੈਂ ਲਵਪ੍ਰੀਤ, ਲਵਪ੍ਰੀਤ ਮਹੀਨੇ ਆਏ, ਮੈਂ ਤਾਂ ਜਸਕਰਨ ਅਤੇ ਡੈਡੀ ਆਏ ਸੀ ਖੇਤ ਦੇ ਵਿੱਚ, ਅਤੇ ਵਰਕਰਸ ਵੀ ਸਾਰੇ ਆਪਦਾ ਕੰਮ ਲੱਗੇ ਹੋਏ ਨੇ। ਮਿਰਚਾਂ ਟੁੱਟਦੀਆਂ ਪਈਆਂ ਨੇ ਵੱਡੀਆਂ ਆਪਣੇ ਖੇਤ ਦੇ ਵਿੱਚ, ਅਤੇ ਉੱਧਰ ਲਵਪ੍ਰੀਤ ਵੀ ਹੁਣੇ ਆਏ। ਹਜੇ ਤੁਹਾਨੂੰ ਮੌਸਮ ਦਿਖਾਉਂਦੀ ਹਾਂ ਆਪਾਂ, ਮੌਸਮ ਬਹੁਤ ਜ਼ਿਆਦਾ ਸੋਹਣਾ। ਇੱਧਰ ਦੇਖੋ ਗਾਇਸ, ਕਿੰਨਾ ਜ਼ਿਆਦਾ ਬੱਦਲ ਹੋ ਗਿਆ ਵਾ, ਬਹੁਤ ਜ਼ਿਆਦਾ ਸੋਹਣਾ ਮੌਸਮ, ਤੇਜ਼ ਹਵਾਵਾਂ ਚੱਲ ਪਈਆਂ ਨੇ। ਸਾਰੀਆਂ ਮਿਰਚਾਂ ਜਿਹੜੀਆਂ ਵਾ ਐਨੂੰ ਚੰਗੀ ਤਰ੍ਹਾਂ ਲਾਲ ਹੋ ਗਈਆਂ ਵਾ। ਆਪਾਂ ਫੇਰ ਆ ਗਏ। ਹਾਂ ਕੀ ਜੀ, ਮਿਰਚਾਂ ਦਾ ਜਿਹੜਾ ਬੋਰਾ ਜਿਸ ਕਾਰਨ ਹੁਣ ਸੀ ਰਹੇ ਆ, ਅਤੇ ਜੇ ਮੀਂਹ ਜ਼ਿਆਦਾ ਨਾ ਪਿਆ ਤਾਂ ਆਪਾਂ ਫਿਰ ਅਗਲੀ ਮੋਟਰ 'ਤੇ ਵੀ ਜਾਣਾ, ਉੱਥੇ ਆਪਾਂ ਪੱਠੇ ਜਿਹੜੇ ਉਹਨਾਂ ਨੂੰ ਵੱਢਣਾ ਵਾ, ਅਤੇ ਕਿਉਂਕਿ ਉਹਨਾਂ ਨੂੰ ਡੈਡੀ ਹੋਣਾ ਨੇ ਕੱਲ੍ਹ ਲੈ ਕੇ ਜਾਣਾ ਮੰਡੀ ਵੇਚਣ ਵਾਸਤੇ। ਹਾਏ ਸੱਚੀ, ਹਾਏ ਹਾਏ, ਗਾਂਧੀ ਖਾਈ ਜਾਂਦੇ ਤਾਂ ਕੋਈ ਹਾਲ ਨਹੀਂ ਇਹਨਾਂ ਦਾ। ਅੱਛਾ ਹਾਂ, ਕਿੱਦਾਂ ਵੇਹਦਾ ਪਿਆ ਹੈ। ਲਓ ਜੀ, ਇਹ ਵੀ ਮੌਸਮ ਦਾ ਆਨੰਦ ਮਾਣਦੇ ਪਏ ਨੇ। ਅਤੇ ਇੱਧਰ ਆਪਣਾ ਬੋਰਾ ਜਿਹੜਾ ਉਹ ਸੀਤਿਆ ਚੱਲਿਆ, ਬਸ ਨਹੀਂ ਨਹੀਂ ਹਜੇ ਸ਼ੁਰੂ ਹੋਇਆ ਕੰਮ, ਉਹ ਚੱਲਿਆ ਵਾ ਤਾਂ ਕਈ, ਇੱਦਾਂ ਦਾ ਪਤਾ ਨਹੀਂ ਲੱਗਦਾ ਹੈ ਨਾ। ਲਾ ਜੀ, ਬੋਰੇ ਚੱਕਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਅਗਲੀ ਰੱਸੀ ਫੜ ਵੀਰੇ, ਫੜ ਫੜ ਰੱਸੀ ਫੜ ਲਾ, ਆ ਰੱਸੀਆਂ ਫੜ ਲਾ ਸਾਰੀਆਂ। ਬਣਾਉਣੀ ਪਈ ਆ ਅੱਧਾ। ਹਾਂਜੀ, ਇੱਧਰ ਦੇਖੋ ਆਪਣੀਆਂ ਜਿਹੜੀਆਂ ਮਿਰਚਾਂ ਰੈੱਡ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ, ਤੁਹਾਨੂੰ ਮੈਂ ਦਿਖਾਉਂਦੀ ਹਾਂ ਨੇੜੇ ਕਰਕੇ ਕੈਮਰਾ। ਆਹ ਦੇਖੋ ਜੀ, ਸਾਰੇ ਕਿਤੇ ਲਾਲ ਲਾਲ ਮਿਰਚਾਂ ਨੇ, ਕਿਤੇ ਕਿਤੇ ਤਾਂ ਵਿਚਾਰੀਆਂ ਐਨੂੰ ਸੁੱਕ ਗਈਆਂ ਹੋਈਆਂ ਵਾ। ਆਹ ਦੇਖੋ ਇੱਦਾਂ ਦੀਆਂ ਸਾਰੀਆਂ ਮਿਰਚਾਂ ਵਾ, ਅਤੇ ਸੋਹਣਾ ਲੱਗਦਾ ਪਿਆ, ਹਰੇ ਹਰੇ ਬੂਟਿਆਂ 'ਤੇ ਰੈੱਡ ਰੈੱਡ ਮਿਰਚਾਂ ਲੱਗੀਆਂ ਹੋਈਆਂ। ਐਸੇ ਕੀ ਤਾਰ ਵੇਚਦੀ ਪਈ ਆ? ਅੱਛਾ, ਇੱਕ ਮੈਨੂੰ ਵੀ ਦੇ ਦੀ, ਮੇਰਾ ਵੀ ਜੀ ਕਰਦਾ ਖਾਣ ਨੂੰ, ਵੈਸੇ ਬਹੁਤ ਸੋਹਣੀਆਂ ਹੁੰਦੀਆਂ ਹਰੀਆਂ ਹੀ। ਅੱਗੇ ਜਿਸ ਕਾਰਨ ਖਾਂਦਾ ਗਿਆ, ਫਿਰ ਇੱਕ ਦੋ ਸੀਗੀਆਂ। ਅੱਛਾ, ਅੱਧੀ ਮੈਨੂੰ ਦੇ, ਥੋੜ੍ਹੀ ਜੀ ਦਬਾਲੀਆਂ ਛੋਟੀਆਂ ਹਜੇ ਤੋੜੀ ਜਾਂਦੇ ਤੁਸੀਂ, ਆਪ ਦੇ ਦੇ ਮੈਨੂੰ ਵੀ। ਸੱਚੀ ਬੜੀ ਸਵਾਦ ਆ। ਆਪਾਂ ਪਨੋਰ ਝੋਨੇ ਦੀ ਪਨੀਰੀ ਬੀਜੀ ਸੀਗੀ, ਦੇਖੋ ਕਿੱਡੀ ਸੋਹਣੀ ਅਤੇ ਕਿੱਡੀ ਵਧੀਆ ਹਰੀ ਹਰੀ ਹਰਿਆਲੀ ਲੱਗਦੀ ਪਈ ਆ, ਸਾਰੇ ਕਿਤੇ ਆਪਣੇ ਹੋ ਗਈ ਹੋਈ ਆ। ਅਤੇ ਪਾਣੀ ਹਜੇ ਇੱਥੇ ਕੱਲ੍ਹ ਹੀ ਲਾਇਆ ਸੀ ਡੈਡੀ ਹੁਣਾਂ ਨੇ, ਅਤੇ ਅੱਜ ਜਿਹੜਾ ਮੀਂਹ ਆ ਗਿਆ ਹੋਇਆ, ਅਤੇ ਬਾਕੀ ਮੀਂਹ ਨੇ ਕਸਰ ਨਹੀਂ ਛੱਡਣੀ ਹੈਗੀ ਪਾਣੀ ਲਾਉਣ ਦੇ ਵਿੱਚ। ਆਊਗਾ ਜ਼ਰੂਰ ਮੀਂਹ, ਹਜੇ ਤਾਂ ਬੱਦਲ ਨੇ। ਅਤੇ ਇੱਧਰ ਆਪਾਂ ਬਾਜਰਾ ਲਾ ਕੇ ਗਏ ਸੀ, ਬਾਕੀ ਵੀਡੀਓ ਵੀ ਆਪਾਂ ਬਾਜਰੇ 'ਤੇ ਬਣਾਈਆਂ ਹੋਈਆਂ ਨੇ, ਤੁਸੀਂ ਵੇਖ ਸਕਦੇ ਹੋ। ਹਾਂ ਮੈਂ ਕਹਿਣ ਡੀ, ਮੈਂ ਕਿਹਾ ਉਹ ਪਈ ਹੋਈ ਆ ਵੀਡੀਓ ਵਿੱਚ ਹੀ ਮੇਰੀਆਂ। ਕੀ ਹੋਇਆ, ਹੋਇਆ ਤੁਸੀਂ ਵਧੀਆ? ਹੁਣ ਪਹਿਲਾਂ ਤਾਂ ਬਹੁਤ ਗਰਮੀ ਸੀ ਹੈ ਨਾ, ਹੁਣ ਵਧੀਆ ਮੌਸਮ ਹੋ ਗਿਆ। ਮੌਸਮ ਅੱਜ ਬਹੁਤ ਵਧੀਆ ਸ਼ਾਰ, ਤੈਨੂੰ ਮੈਂ ਕਿ ਜਦੋਂ ਮੌਸਮ ਵਧੀਆ ਤਾਂ ਚੱਕੋ ਕੈਮਰਾ ਤਾਂ ਬਣਾ। ਸਹੀ ਕਿਹਾ, ਮਨ ਕਰ ਪੈਂਦਾ ਨਾ ਉਦੋਂ ਆਉਣ ਨੂੰ, ਉਦਾਂ ਘਰੇ ਤਾਂ ਜੀ ਕਰਦਾ। ਮੋਬਾਈਲ ਦੇ ਹੀ ਆਪਦਾ ਦਹੀਂ ਯਾਰ, ਇੱਕ ਮਿੰਟ ਬੋਰੇ ਸੀਂਦੇ, ਵਿਚਾਰਾ ਬਿਜ਼ੀ ਆ, ਬੋਰੇ ਸੀਂਦਾ ਪਿਆ ਜਦੋਂ ਆਇਆ। ਤੂੰ ਡਿੱਗ ਜਾਣਾ ਵਿੱਚ ਹੀ ਇਹਦੇ। ਆ ਜਾ ਲੰਘ ਜਾ ਇੱਥੋਂ ਦੀ,
ਲੰਘ ਜਾ ਲੰਘ ਜਾ ਹਾਂ ਮੀਂਹ ਦੇ ਚੱਕਰ ਦੇ ਵਿੱਚ ਸਾਰਾ ਕੰਮ ਮੈਂ ਕਿਹਾ ਵਿਅਰਥ ਚੱਲ ਜਾਣਾ ਹਨਾ ਇਸ ਕਰਕੇ ਛੇਤੀ ਤੋਂ ਛੇਤੀ ਹੋਇਆ ਜਾਵੇ ਜਿੰਨਾ ਛੇਤੀ ਹੋਊਗਾ ਆ ਦੇਖੋ ਜੀ ਆਪਣੀਆਂ ਮਿਰਚਾਂ ਦੇ ਟਾਹਣੇ ਤਾਂ ਆਪਣੇ ਫੁੱਲ ਭਰ ਗਏ ਹੋਏ ਨੇ ਹਰੇ ਹਰੇ ਟਾਹਣੇ ਨਜ਼ਰ ਆਉਂਦੇ ਪਏ ਨੇ ਸਾਰੇ ਕਿਤੇ ਵੇਲਾ ਮਜ਼ਾਕ ਉਡਾਉਂਦੀਆਂ ਤੁਹਾਡਾ ਇਹੋ ਹੀ ਰਹਿ ਗਿਆ ਡੈਡੀ ਨੇ ਮਿਰਚਾਂ ਜਿਹੜੀਆਂ ਤੋਲਣ ਲੱਗ ਪਏ ਨੇ ਤੇ ਇੱਧਰ ਮੀਂਹ ਆ ਗਿਆ ਹੋਇਆ ਮੀਂਹ ਸ਼ੁਰੂ ਹੋ ਗਿਆ ਹੋਇਆ ਤੇ ਨਾ ਹੀ ਪਵੇ ਮੀਂਹ ਹਜੇ ਤਾਂ ਕਿਉਂਕਿ ਹਜੇ ਬਾਰਿਸ਼ ਨੇ ਤਾਂ ਨੁਕਸਾਨ ਹੀ ਕਰਨਾ ਬਸ ਜਲਦੀ ਆਇਆ ਜਲਦੀ ਮੀਂਹ ਆ ਗਿਆ ਲਵਪ੍ਰੀਤ ਛੇਤੀ ਕਰਵਾਓ ਚਲ ਜੀ ਇੱਦਾਂ ਸਾਰੇ ਇਹਨਾਂ ਨੇ ਤੋਲਣੇ ਆ ਜਿੰਨੇ ਵੀ ਆ ਬੋਰੇ ਇੱਥੇ ਰੱਖੇ ਹੋਏ ਨੇ ਤੇ ਇੱਧਰ ਮੀਂਹ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜਲਦੀ ਕਰੋ ਜਲਦੀ ਬਹੁਤ ਜ਼ਿਆਦਾ ਤੇਜ਼ ਮੀਂਹ ਹੋ ਗਿਆ ਭੱਜੋ ਭੱਜੋ ਮਿਰਚਾਂ ਲੈਣ ਵਾਲੇ ਵੀ ਆ ਗਏ ਹੋਏ ਨੇ ਤੇ ਇੱਧਰ ਜੋ ਬਸ ਤੁਲਦਾ ਪਿਆ ਤੇ ਹੁਣ ਆਪਾਂ ਜਿਹੜੀਆਂ ਮਿਰਚਾਂ ਉਹ ਵੇਚਣੀਆਂ ਨੇ ਇਹਨਾਂ ਨੂੰ ਚਿਸਕਾਰਨ ਕਿੱਥੇ ਆਪਣਾ ਇੱਧਰ ਆਪਣਾ ਮਿਰਚਾਂ ਤੋਲਣ ਦਾ ਕੰਮ ਹੁੰਦਾ ਪਿਆ ਤੇ ਬਾਰਿਸ਼ ਵੀ ਤੇਜ਼ ਹੋ ਗਈ ਹੋਈ ਆਪਣੀ ਇੱਧਰ ਤੇ ਜਲਦੀ ਜਲਦੀ ਜਿਹੜੀਆਂ ਮਿਰਚਾਂ ਤੁਲ ਜਾਣ ਤਾਂ ਵਧੀਆ ਵਾ ਮੀਂਹ ਦੇ ਵਿੱਚ ਕੰਮ ਹੁੰਦਾ ਪਿਆ ਅੱਜ ਇੱਕਦਮ ਮੌਸਮ ਦਾ ਬਦਲਣਾ ਵੀ ਨੁਕਸਾਨ ਹੀ ਕਰਦਾ ਵਾ ਮੀਂਹ ਤੇਜ਼ ਹੋ ਗਿਆ ਜਲਦੀ ਫਟਾਫਟ ਕੰਮ ਨਿਬੇੜੋ
मी तुरिया ओंदा रेडी मीत बहुत पई जांदा ता फोटो नहीं हिंदी वीडियो बनती पी अच्छा जी हूं धुप चढ़ गई हुई वैसे मौसम सूरज भी आ गया हुआ मौसम भी बार बार बदलता चेंज होता वैदर ध्यान बस आड़ी आते जाओ हाँ हाँ बस पहुंच गए चलो जी डैडी हुई तो गए चले ने हूँ की रह गया कई वेखी रजी अंदर ही कोई नहीं है बदल होया हुआ हुण तां मौसम पूरा चेंज हो गया हुआ मैनू भी लै जाओ जिहड़ी सड़क आ ओह बनदी पई आ बहुत ज्यादा खराब सड़क थी तो हम सारी जी सड़क है तैयार हो गई फिर कोई नवी वीडियो लेके ओके बाय गाइस।